ਜਦੋਂ ਸਾਡੇ ਦੇਸ਼ 'ਤੇ ਭੀੜ ਪਈ ਸੀਗੀ ਉਦੋਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੱਗਿਆ ਸੀਗਾ ਔਰ ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਜਵਾਨ ਹੈ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਔਰ ਖੜ੍ਹੇ ਰਹਾਂਗੇ। ਅਸੀਂ ਜਿੰਨੇ ਵੀ ਸਾਬਕਾ ਫੌਜੀ ਹੈਗੇ ਮੁਕਤਸਰ ਜ਼ਿਲ੍ਹੇ ਤੋਂ ਜਾਂ ਪੰਜਾਬ ਤੋਂ ਉਹ ਅਸੀਂ ਅਲੱਗ ਅਲੱਗ ਗਰੁੱਪਾਂ 'ਚ ਵੰਡ ਕੇ ਅਲੱਗ ਅਲੱਗ ਧਰਨਿਆਂ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਅਸੀਂ ਆਪਦੇ ਗਰੁੱਪ ਬਣਾਏ ਆ, ਅਸੀਂ ਜਿਹੜੀ ਸਾਨੂੰ ਫੌਜ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੜਾਈ ਲੜਨ ਦੀ, ਅਸੀਂ ਉਸ ਲੜਾਈ ਦੇ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਆਏ ਹਾਂ, ਗਰੁੱਪਾਂ ਦੇ ਵਿੱਚ ਆਏ ਹਾਂ। ਜਿੱਥੇ ਜਿੱਥੇ ਧਰਨੇ ਚੱਲੀ ਜਾਂਦੇ ਉੱਥੇ ਸਾਡੇ ਸਾਰੇ ਸਾਬਕਾ ਫੌਜੀ ਪਹੁੰਚੇ ਆ, ਇੱਥੇ ਵੀ ਅਸੀਂ ਸਾਰੇ ਸਾਬਕਾ 15 ਤੋਂ 20 ਫੌਜੀ ਅਸੀਂ ਪਹੁੰਚੇ ਹੋਏ ਹਾਂ ਔਰ ਅਸੀਂ ਅੱਜ ਕਿਸਾਨਾਂ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਹਾਂ ਕਿ ਅਸੀਂ ਤੁਹਾਡੇ ਨਾਲ ਹੈ। ਜੇ ਸਾਨੂੰ ਕੋਈ ਲੜਾਈ ਲੜਨੀ ਪਈ, ਤੁਸੀਂ ਕਿਸਾਨੋ ਅਤੇ ਮਜ਼ਦੂਰੋ, ਤੁਸੀਂ ਸ਼ਾਂਤੀਮਈ ਧਰਨਾ ਦੇ ਕੇ ਰੱਖਣਾ। ਅਸੀਂ ਇਹ ਨਹੀਂ ਭਰਤੀ ਹੋਏ ਸੀਗੇ ਕਿ ਅਸੀਂ ਤਨਖਾਹਾਂ ਲੈਣੀਆਂ ਜਾਂ ਕੁਛ ਲੈਣੀਆਂ, ਸਾਡੇ ਅੰਦਰ ਦੇਸ਼ ਦਾ ਪਿਆਰ ਸੀਗਾ ਕਿ ਸਾਡੇ ਦੇਸ਼ ਨਹੀਂ ਕੋਈ ਉਂਗਲ ਕਰਕੇ ਨਾ ਝੱਕੇ। ਇੱਕ ਨਾਰਾ ਬੜਾ ਜ਼ੋਰਦਾਰ ਲੱਗਦਾ, ਜੈ ਜਵਾਨ ਜੈ ਕਿਸਾਨ। ਇੱਕ ਪਾਸੇ ਇਹ ਨਾਰਾ ਲਾਉਣਾ ਅਤੇ ਦੂਜੇ ਪਾਸੇ ਜਵਾਨਾਂ ਦਾ ਅਤੇ ਕਿਸਾਨਾਂ ਦਾ ਸੜਕਾਂ 'ਤੇ ਆਉਣਾ, ਕਿੰਨਾ ਕੁ ਰੈਲੇਵੈਂਟ ਹੈ ਇਹ ਨਾਰਾ? ਇਹ ਸਾਡੀ ਬਾੜੀ ਕਿਸਮਤ ਹੈ। ਜਿਹੜੇ ਉਹ ਪ੍ਰਧਾਨ ਮੰਤਰੀ ਸੀਗੇ, ਉਹ ਪ੍ਰਧਾਨ ਮੰਤਰੀਆਂ ਵਿੱਚ ਅਣਖ ਸੀਗੀ ਉਹਨਾਂ ਦੇ ਵਿੱਚ, ਉਹਨਾਂ ਨੇ ਦੇਸ਼ ਨੂੰ ਬਹਾਲ ਕਰਨਾ ਸੀਗਾ। ਉਸ ਟਾਈਮ ਸਾਡੇ ਦੇਸ਼ ਦੇ ਉੱਤੇ ਬਹੁਤ ਭੀੜ ਪਈ ਸੀਗੀ ਔਰ ਜਿਹੜਾ ਕਿਸਾਨ ਸੀਗਾ ਇਸ ਨੇ ਕੀ ਕਰਨਾ ਸੀਗਾ, ਜਿੰਨੇ ਵੀ ਵਹਾਬੀ ਜਾਂ ਰੇਗਿਸਤਾਨ ਪਿਆ ਸੀਗਾ ਉਹਨਾਂ ਵਿੱਚ ਬੀਜ ਸੁੱਟ ਕੇ ਇਹ ਅੰਨਦਾਤੇ ਨੇ ਉਹ ਬੀਜ ਪੈਦਾ ਕਰਕੇ ਔਰ ਅਨਾਜ ਪੈਦਾ ਕਰਕੇ ਜਿਹੜੀ ਸਾਡੀ ਹਿੰਦੁਸਤਾਨ ਦੀ ਪਾਪੂਲੇਸ਼ਨ ਉਹਦਾ ਢਿੱਡ ਭਰਨ ਵਾਸਤੇ ਇਹ ਕਿਸਾਨ ਪੈਦਾ ਹੋਇਆ ਸੀਗਾ। ਕਿਸਾਨ ਜਵਾਨ ਮਜ਼ਦੂਰ ਇਹ ਆਪਦੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਕੇ ਚੱਲੇ ਹੈ, ਮੰਦਰਾਂ ਦੇ ਵਿੱਚ ਵੀ ਆਪਦੀਆਂ ਆਰਤੀਆਂ ਕਰਕੇ ਚੱਲੇ ਹੈ। ਜੇ ਕਾਨੂੰਨ ਰੱਦ ਕਰ ਦੂਗਾ ਤਾਂ ਅਸੀਂ ਵਾਪਸ ਪੰਜਾਬ ਨੂੰ ਜਾ ਵੜਾਂਗੇ, ਨਹੀਂ ਤਾਂ ਸਾਬਕਾ ਫੌਜੀ ਕਿਸਾਨ ਮਜ਼ਦੂਰ ਇੱਥੇ ਪੱਕੇ ਡੇਰੇ ਲਾ ਕੇ ਰੱਖਣਗੇ, ਪੈਂਦੀ ਸਾਲ ਭਰ ਕੇ ਲਾਉਣਾ ਪਿਆ ਹੋਊ।